ਤਸਵੀਰਾਂ ਸੰਗਰੂਰ ਦੇ ਖਨੌਰੀ ਦੀਆਂ ਨੇ ਜਿੱਥੇ ਭਾਖੜਾ ਨਹਿਰ ਦੇ ਵਿੱਚ ਵੱਡੀ ਗਿਣਤੀ 'ਚ ਗੈਸ ਸਿਲੰਡਰ ਤੈਰਦੇ ਨਜ਼ਰ ਆ ਰਹੇ ਨੇ। ਅਜਿਹਾ ਨਜ਼ਾਰਾ ਸ਼ਾਇਦ ਹੀ ਤੁਸੀਂ ਪਹਿਲਾਂ ਕਦੇ ਦੇਖਿਆ ਹੋਵੇਗਾ। ਗੈਸ ਸਿਲੰਡਰਾਂ ਨਾਲ ਭਰੀ ਮਹਿੰਦਰਾ ਪਿਕਅਪ ਗੱਡੀ ਭਾਖੜਾ ਨਹਿਰ ਦੇ ਵਿੱਚ ਜਾ ਡਿੱਗੀ ਹੈ। ਜਿਵੇਂ ਹੀ ਗੱਡੀ ਨਹਿਰ 'ਚ ਡਿੱਗੀ, ਸਾਰੇ ਸਿਲੰਡਰ ਪਾਣੀ 'ਚ ਰੁੜ ਗਏ। ਇਸ ਗੱਡੀ ਦੇ ਚਾਲਕ ਦੀ ਵੀ ਭਾਲ ਕੀਤੀ ਜਾ ਰਹੀ ਹੈ। ਹੁਣ ਤੱਕ ਜੋ ਜਾਣਕਾਰੀ ਹਾਸਲ ਹੋਈ ਹੈ ਉਸਦੇ ਅਨੁਸਾਰ ਇਹ ਗੱਡੀ ਪਾਤੜਾਂ ਦੇ ਕੌਸ਼ਲ ਗੈਸ ਏਜੰਸੀ ਦੀ ਹੈ ਅਤੇ ਖਨੌਰੀ ਦੇ ਨਜ਼ਦੀਕ ਪਿੰਡ ਜੋਗੇਵਾਲ ਅਤੇ ਨਾਈਵਾਲਾ ਵਿੱਚ ਗੈਸ ਸਿਲੰਡਰ ਸਪਲਾਈ ਕਰਨ ਲਈ ਗਈ ਹੋਈ ਸੀ ਅਤੇ ਭਾਖੜਾ ਨਹਿਰ ਦੀ ਪੱਟੜੀ ਤੋਂ ਜਾਂਦੇ ਸਮੇਂ ਨਹਿਰ ਵਿੱਚ ਜਾ ਡਿੱਗੀ ਹੈ। ਇਸ ਗੱਡੀ ਨੂੰ ਚਲਾ ਰਿਹਾ ਡਰਾਈਵਰ ਗੁਰਦਿੱਤ ਸਿੰਘ ਵੀ ਹਜੇ ਲਾਪਤਾ ਦੱਸਿਆ ਜਾ ਰਿਹਾ ਹੈ, ਜਿਸ ਦੀ ਭਾਲ ਗੋਤਾਖੋਰ ਕਰ ਰਹੇ ਨੇ। ਗੈਸ ਏਜੰਸੀ ਦੇ ਮਾਲਕ ਨੇ ਦੱਸਿਆ ਹੈ ਕਿ ਗੱਡੀ ਦਾ GPS ਬੰਦ ਹੋ ਜਾਣ ਤੋਂ ਬਾਅਦ ਗੱਡੀ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਜਦੋਂ ਗੈਸ ਸਿਲੰਡਰ ਨਹਿਰ ਦੇ ਵਿੱਚ ਤੈਰਦੇ ਮਿਲੇ ਤਾਂ ਉਸ ਤੋਂ ਬਾਅਦ ਗੋਤਾਖੋਰਾਂ ਨੂੰ ਤੁਰੰਤ ਬੁਲਾਇਆ ਗਿਆ। ਚਰਨਜੀਤ ਜੀ, ਇੱਕ ਜਿਹੜੀ ਗੱਡੀ ਭਾਖੜਾ ਨਹਿਰ 'ਚ ਸਿਲੰਡਰ ਵਾਲੀ ਡਿੱਗੀ ਸੀਗੀ, ਇਹ ਮਾਮਲੇ ਬਾਰੇ ਕੀ ਜਾਣਕਾਰੀ ਮਿਲੀ ਹੈ, ਕੀ ਸਾਹਮਣੇ ਆਇਆ? ਕੱਲ੍ਹ ਸਾਨੂੰ 8 ਵਜੇ ਇਨਫੋਰਮੇਸ਼ਨ ਮਿਲੀ ਹੈ ਵੀ ਕੋਈ ਸਿਲੰਡਰ ਵਾਲੀ ਗੱਡੀ ਨਾਮਲੂਮ ਭਾਖੜਾ ਨਹਿਰ 'ਚ ਡਿੱਗ ਗਈ ਜੀ। ਉਸ ਤੋਂ ਬਾਅਦ ਰਾਤ ਗੋਤਾਖੋਰ ਬੁਲਾਏ ਸੀ, ਰਾਤ ਹਨੇਰੀ 'ਚ ਗੋਤਾਖੋਰ ਭਾਖੜਾ ਨਹਿਰ ਵਿੱਚ ਨਹੀਂ ਮਿਲੀ। ਉਸ ਤੋਂ ਬਾਅਦ ਅੱਜ ਸਵੇਰੇ ਗੋਤਾਖੋਰਾਂ ਨੇ ਕਰੇਨ ਮੰਗਾ ਕੇ ਉਹਨੂੰ ਬਾਹਰ ਕੱਢਿਆ, ਜਿਸ ਵਿੱਚ ਕਿਸੇ ਵਿਅਕਤੀ ਦੀ ਕੋਈ ਵੀ ਜਾਣਕਾਰੀ ਅਜੇ ਤੀਕ ਪਤਾ ਨਹੀਂ ਲੱਗ ਸਕਿਆ ਜੀ। ਕੀ ਕੁਝ ਆ ਜੋ ਇਸ ਵਿੱਚ ਨਹਿਰ 'ਚ ਕੀ ਕੱਢਿਆ ਗਿਆ ਸੀ? ਕਰੇਨ ਦੇ ਨਾਲ ਬਲੈਰੋ ਪੀਕਅਪ ਗੱਡੀ ਨੂੰ ਬਾਹਰ ਕੱਢਿਆ ਗਿਆ। ਅਤੇ ਜੋ ਕਿਸੇ ਵੱਲੋਂ ਕੋਈ ਇਤਲਾਹ ਕੀ ਆਈ ਸੀ, ਆਪਾਂ ਨੂੰ ਕੋਈ ਇਤਲਾਹ ਆਈ ਹਜੇ ਤੱਕ? ਅਜੇ ਕਿਸੇ ਵਿਅਕਤੀ ਬਾਰੇ ਪਤਾ ਨਹੀਂ ਲੱਗ ਸਕਿਆ ਜਿਹੜਾ ਵੀ ਭਾਖੜਾ ਨਹਿਰ ਵਿੱਚ ਵਿਅਕਤੀ ਡਿੱਗਿਆ ਸੀ। ਠੀਕ, ਕੀ ਨਾਮ ਹੈ ਜੀ? ਮੇਰਾ ਨਾਮ ਕਪਿਲ ਕੌਸ਼ਲ ਮਲਿਕ ਹੈ ਜੀ, ਕੌਸ਼ਲ HP ਗੈਸ ਪਾਤਰਾ ਤੋਂ। ਕੀ ਗੱਲਬਾਤ ਹੋਈ ਜੀ ਆਪਣੀ ਇੱਕ ਗੱਡੀ ਦੀ? ਵੀਡੀਓ ਵੀ ਵਾਇਰਲ ਹੋ ਗਈਆਂ ਨੇ ਵੀ ਗੱਡੀ ਜਿਹੜੀ ਨਹਿਰ 'ਚ ਡਿੱਗੀ ਹੈ, ਕੀ ਮਾਮਲਾ ਹੈ? ਸਾਡੀ ਕੱਲ੍ਹ ਗੱਡੀ ਆਪਣੇ ਡਿਲੀਵਰੀ 'ਤੇ ਗਈ ਸੀ, ਇਹ ਸ਼ਾਮ ਨੂੰ 5 ਵਜੇ ਜਿਹੜਾ GPS ਔਫ ਹੋ ਗਿਆ ਜੀ। ਸਾਨੂੰ ਮਤਲਬ ਲੋਕਾਂ ਦੇ ਫੋਨ ਆਏ ਕਿ ਸਿਲੰਡਰ ਐਵੇਂ ਡਿੱਗੇ ਜਾ ਰਹੇ ਨੇ, ਫਿਰ ਮੈਂ ਛਤਰਾਣੇ ਮੇਰੇ ਮਿੱਤਰ ਨੇ ਉਹਨਾਂ ਨੂੰ ਭੇਜਿਆ ਕਿ ਤੁਸੀਂ ਜਾਓ, ਮੈਂ ਆ ਰਿਹਾ। ਉਹ ਦੇਖਿਆ ਕਿ ਸਿਲੰਡਰ ਤਾਂ ਸਾਰੇ ਰੁੜ ਚੁੱਕੇ ਸੀ, ਜਿੱਥੇ GPS ਦੀ ਲੋਕੇਸ਼ਨ ਔਫ ਹੋਈ ਹੈ ਉੱਥੇ ਆ ਕੇ ਦੇਖਿਆ ਕਿ ਮਤਲਬ ਲੋਕਾਂ ਨੇ ਦੱਸਿਆ ਕਿ ਗੱਡੀ ਇੱਥੇ ਡਿੱਗੀ ਹੈ। ਉਸ ਤੋਂ ਬਾਅਦ ਅਸੀਂ ਇੱਥੇ ਪਹੁੰਚ ਕੇ ਇੱਥੇ ਉਸ ਤੋਂ ਬਾਅਦ ਖੜ੍ਹੇ ਹਾਂ ਜੀ। ਕੀ ਮੈਟਰ, ਕੀ ਸਮਝ, ਕੋਈ ਲੱਗਿਆ ਪਤਾ ਵੀ ਕਿਵੇਂ ਗੱਡੀ ਡਿੱਗਣ ਦਾ ਜਾਂ ਕੀ ਹੋਇਆ? ਕੁਛ ਨਹੀਂ ਸਮਝ ਆਇਆ ਜੀ, ਸਾਡੇ ਤਾਂ ਮਤਲਬ ਰੂਟੀਨ 'ਚ ਗੱਡੀਆਂ ਚੱਲਦੀਆਂ ਨੇ ਜੀ, ਕੋਈ ਇਹੋ ਜਿਹੀ ਗੱਲਬਾਤ ਨਹੀਂ ਹੋਈ। ਮੁੰਡੇ ਨਾਲ ਵੀ ਆਰਾਮ ਨਾਲ ਹੋਈ ਕਿ ਮੈਂ ਆ ਰਿਹਾ ਜੀ ਬਸ ਵਾਪਸ। ਤੁਹਾਡੇ ਨਾਲ ਆਖਰੀ ਗੱਲਬਾਤ ਕਦੋਂ ਹੋਈ ਹੈ ਡਰਾਈਵਰ? 4 ਵਜੇ ਮੇਰੇ ਨਾਲ ਹੋਈ ਹੈ, ਕਹਿੰਦਾ ਮੈਂ ਚੱਲ ਪਿਆ ਜੀ ਬਸ, ਮੈਂ ਪਹੁੰਚੂਗਾ ਬਸ। ਨਾਮ ਕੀ ਸੀ ਡਰਾਈਵਰ ਦਾ, ਕਿਹੜੇ ਪਿੰਡ ਦਾ ਰਹਿਣ ਵਾਲਾ? ਗੁਰਦਿੱਤ ਸਿੰਘ ਸੀ ਜੀ, ਇਹ ਪਾਤੜਾ ਦਾ ਰਹਿਣ ਵਾਲਾ ਸੀ। ਠੀਕ, ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕੋਈ ਕਾਰਵਾਈ? ਪੁਲਿਸ ਪ੍ਰਸ਼ਾਸਨ ਸਾਡੇ ਨਾਲ ਰਾਤ ਨੂੰ ਵੀ ਸਾਡੇ ਨਾਲ ਹੀ ਸੀ ਜੀ, ਗੋਤਾਖੋਰ ਵੀ ਸੀ, ਅਤੇ ਸਵੇਰੇ ਅਸੀਂ ਜਿਹੜੀ ਗੱਡੀ ਕੱਢ ਕੇ ਗੱਡੀ ਕਢਵਾਈ ਹੈ। ਉਸ ਤੋਂ ਬਾਅਦ ਮਤਲਬ ਪੁਲਿਸ ਵਾਲਿਆਂ ਨੇ ਕਿਹਾ ਕਿ ਸਾਨੂੰ ਫੋਨ ਕਰ ਦਿਓ ਕਿ ਜਦੋਂ ਵੀ ਕੋਈ ਕਾਰਵਾਈ ਹੈ। ਠੀਕ, ਕੀ ਨਾਮ ਆ ਬਾਈ ਜੀ? ਹਾਂਜੀ, ਮੇਰਾ ਜੀ, ਮੇਰਾ ਨਾਮ ਸਿੰਦਰ ਸਿੰਘ ਜੀ। ਇਹ ਕੀ ਗੱਲਬਾਤ, ਕੌਣ ਸੀ ਜਿਹੜਾ ਇਹ ਬੰਦਾ ਨਹਿਰ 'ਚ ਡਿੱਗਿਆ, ਕੀ ਲੱਗਦਾ ਜੀ ਤੁਹਾਡਾ? ਇਹ ਜੀ ਸਾਡੇ ਚਾਚੇ ਦਾ ਬੇਟਾ ਸੀਗਾ ਜੀ। ਕੀ ਨਾਮ ਸੀ ਇਹਦਾ? ਇਹਦਾ ਨਾਮ ਗੁਰਦਿੱਤਾ ਜੀ, ਉੱਦਾਂ ਗੁਰੀ ਗੁਰੀ ਕਹਿੰਦੇ ਨੇ ਜੀ ਇਹਨੂੰ, ਅਤੇ ਆਪਣੇ ਗੈਸ ਏਜੰਸੀ 'ਚ ਲੱਗਿਆ ਹੋਇਆ ਸੀਗਾ ਜੀ, ਸਿਲੰਡਰ ਵਗੈਰਾ ਦੇ ਕੇ ਆਉਂਦਾ ਸੀਗਾ, ਅਤੇ ਅਸੀਂ ਵਾਪਸ ਆ ਰਿਹਾ ਸੀਗਾ ਜੀ। ਹੁਣ ਕੀ ਭਾਣਾ ਵਰਤਿਆ ਇਹਦਾ ਕੁਝ ਕਹਿ ਨਹੀਂ ਸਕਦੇ। ਕਿੰਨੇ ਭੈਣ ਭਰਾ ਨੇ ਇਹ? ਭੈਣ ਜੀ 7 ਭਰਾ 7 ਭੈਣਾਂ ਨੇ ਜੀ, ਅਤੇ ਇੱਕ ਭਰਾ ਹੈ ਜੀ, ਬਸ ਗੁੜੀਆ ਇਹਦੇ ਕੋਲ ਮੈਨੂੰ ਲੱਗਦਾ ਜੀ, ਛੋਟੀ ਹੈ, 2 ਸਾਲ ਦੀ ਗੁੜੀਆ ਜੀ। ਬਾਕੀ ਹੁਣ ਪਰਮਾਤਮਾ ਭਲੀ ਕਰੇ ਜੀ। ਠੀਕ।
ਹੈ।